ਹਾਂਜੀ ਅਸਲਾਮ ਅਲੈਕਮ ਸਰ ਨੂੰ ਤੁਸੀਂ ਦੇਖ ਰਹੇ ਹੋ ਇਥੇ ਜਮੀਆ ਵੀ ਲੋਜੀ ਮੇ ਵੀ ਲੈ ਕੇ ਤੁਹਾਡੇ ਜੀਤੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਪੈਨਸ਼ਨ ਹੈ ਪੈਨਸ਼ਨ ਜਿਹੜੀ ਲੋਜੀ ਜਿਹੜਾ ਨਵਾਂ ਨਵਾਂ ਆਇਆ ਹੈ ਪੈਨਸ਼ਨ ਦੇ ਅਕੋਰਡਿੰਗ ਉਹਦੇ ਲਈ ਕਿਹੜੇ ਬੰਦਿਆਂ ਦੀ ਪੈਨਸ਼ਨ ਵਧੀ ਹੈ ਕਿਹੜੇ ਬੰਦੇ ਬਾਹਰ ਰਹਿ ਗਏ ਨੇ ਜਿਨ੍ਹਾਂ ਦੀ ਪੈਨਸ਼ਨ ਨਹੀਂ ਵਧੀ ਹੈ ਔਰ ਕਿੰਨੀ ਉਮਰ ਵਗੈਰਾ ਔਰ ਕਿੰਨਾ ਰਹਿ ਦੇ ਤੋ ਚਾਹੀਦਾ ਹੈ ਪੈਨਸ਼ਨ ਦੇ ਲਈ ਹਲਾ ਕੋਮੇ ਕੰਬੀਆਂ ਨੂੰ ਕੰਬੀਆਂ ਨੂੰ ਇਹ ਪੈਨਸ਼ਨ ਦੇਣ ਵਧੀ ਤਾਂ ਕਿਵੇਂ ਚੇਂਜ ਹੋਣਗੇ ਪੈਨਸ਼ਨ ਅਰੇ ਦਿੱਤਾ ਬੇਸਿਕਲੀ ਚੀਜ਼ਾਂ ਦੀ ਹਾਲ ਦੀ ਘੜੀ ਤੱਕ ਪੈਨਸ਼ਨ ਮਿਲ ਰਹੀ ਸੀ ਜਿਨ੍ਹਾਂ ਨੂੰ 286.81 ਯੂਰੋ ਉਹਨਾਂ ਨੂੰ 286.81 ਯੂਰੋ ਤੋਂ 651.51 ਯੂਰੋ ਪੈਸੇ ਮਿਲੇਗੀ ਲੇਕਿਨ ਇਹ ਜੇ ਰਿਕੁਆਇਰ ਮੀ ਕੀ ਹੈ 100% ਜਿਹੜਾ ਹੈਂਡੀਕੈਪ ਦੀ categories ਵਿੱਚ ਆਉਣਾ ਚਾਹੀਦਾ 70% 80% 90% ਨਹੀਂ ਚੱਲ ਲਗਾ 100% ਬੰਦਾ ਹੈਂਡੀਕੈਪ ਦੀ categories ਵਿੱਚ ਹੋਣਾ ਚਾਹੀਦਾ ਤੇ ਪਹਿਲੇ ਹੁੰਦਾ ਸੀ ਜੀ ਇਸ 60 ਸਾਲ ਦੀ ਉਮਰ ਤੋਂ ਬਾਅਦ ਇਸ ਤਰ੍ਹਾਂ ਦੀ ਪੈਨਸ਼ਨ ਮਿਲਦੀ ਸੀ ਜੀ ਡਬਲ ਹੁੰਦੀ ਸੀ ਲੇਕਿਨ ਹੁਣ 60 ਸਾਲ ਦੀ ਉਮਰ ਨਹੀਂ ਰਿਕੁਆਇਰਡ ਹੈ 18 ਸਾਲ ਦੀ ਉਮਰ ਦੀ ਵਿਵਾਦ ਹੀ ਹੀ ਪੈਨਸ਼ਨ ਇਹ ਲਈਤੀ ਜਾ ਸਕਦੀ ਹੈ ਯਾਨੀ ਕਿ ਤਕਰੀਬਨ ਡਬਲ ਤੋਂ ਜ਼ਿਆਦਾ ਡਬਲ ਹੋ ਗਈ ਹੈ ਪੈਨਸ਼ਨ ਇਹ ਜਿਹਦੇ ਵਾਸਿ ਗਵਰਨਮੈਂਟ ਨੇ ਜ਼ਿਕਰੋ ਤੋਂ ਅਗਸਤ ਦੇ ਵਿੱਚ ਅਨਾਉਂਸ ਕੀਤਾ ਹੈ 132 ਮਿਲੀਅਨ ਯੂਰੋ ਔਰ ਦੋ ਇਹ 2020 ਦੇ ਲਈ ਹੈ ਔਰ 2021 ਦੇ ਲਈ 400 ਮਿਲੀਅਨ ਯੂਰੋ ਜਿਹੜਾ ਹੈ ਮੁਖਤਸ ਕੀਤਾ ਹੈ ਗਵਰਨਮੈਂਟ ਨੇ ਜਿਹਦੇ ਵਿੱਚ 13 ਮਹੀਨੇ ਦੀ ਪੈਨਸ਼ਨ ਮਿਲੇਗੀ 286 ਨਹੀਂ 600 51.51 ਯੂਰੋ 13 ਮਹੀਨੇ ਦੇ ਲਈ 12 ਮਹੀਨੇ اور ਪਲੱਸ 3 ਦੀ ਚੀਜ਼ ਵਿੱਚ ਜਿਹੜੇ ਅਨਵਲਦੀ ਦਾ ਜੀਵੀ ਲਈ ਇਨ ਬੀਰੀ ਸੋਰ ਦੀ ਚੈੱਕੀ ਯਾਨੀ ਕਿ ਜਿਹੜੇ ਕਿਸੇ ਵੀ ਕਿਸਮ ਦੇ ਅੰਗ ਹਿੰ ਹੈਂਡਿਕੈਪ ਹੋਣ ਚੱਲ ਨਾ ਸਕਦੇ ਹੋਣ ਫੇਰ ਨਾ ਸਕਦੇ ਹੋਣ ਦੇਖ ਨਾ ਸਕਦੇ ਹੋਣ ਸੁਣ ਨਾ ਸਕਦੇ ਹੋਣ ਯਾਨੀ ਕਿ ਜਿਹੜੇ ਸੁਣਦੇ ਨਹੀਂ ਹੈ ਨਾ ਜਿਹੜੇ ਉੱਚਾ ਸੁਣਦੇ ਨੇ ਉਹ ਵੀ ਲੇਕਿਨ 100% ਹੋਵੇਗੀ ਤਾਂ ਕੀ ਇਸ पे ਤਾਂ ਕਿਦੋਂ ਮਿਲੇਗੀ ਕਿਦੇ ਲਈ ਵਧੇਗੀ ਕਿ ਉਹ ਮੈਂ ਤਾਂ ਕਿਦੇ ਲਈ ਵਧੇਗੀ ਪੈਨਸ਼ਨ ਇੱਕ ਨੰਬਰ ਤੇ ਜਿਹੜਾ ਨੋਟਿਸ ਕਰਨਾ ਜ਼ਰੂਰੀ ਹੈ ਇਹ 100% ਇਨ ਵਾਲੀ ਤਜਵੀਲ ਹੋਣੀ ਚਾਹੀਦੀ ਹੈ ਅੰਗ ਹੀ ਜਿਹੜਾ ਬੰਦਾ ਹੈ ਨਹੀਂ ਕਿ ਆਪ ਹੈ ਇਹ 100% ਹੋਵੇ ਦੂਸਰੇ ਨੰਬਰ ਤੇ ਕੌਨ ਅਲਮੈਨੋ ਦੀਚੇ ਉਹ ਤੋਂ ਆਣੀ ਘਟੋ ਘਟ 18 ਸਾਲ ਉਮਰ ਹੋਣੀ ਚਾਹੀਦੀ ਹੈ ਤੀਸਰੇ ਨੰਬਰ ਤੇ ਰਿਕੁਆਇਰਮੈਂਟ ਜਿਹੜੀ ਹੈ ਜਿਹੜਾ ਲੈ ਸਕਦੇ ਆ ਉਹਦਾ ਰੈਦੀ ਤੋਂ ਜੇ ਕੱਲਾ ਬੰਦਾ ਵਾ ਤੇ 8469 ਯੂਰੋ ਸ਼ਾਰੀਆ 63 ਸੈਂਟ ਤੇ ਜੇ ਉਹ ਜੇ ਉਹ ਕੱਲਾ ਤੇ ਜੇ ਉਹ ਫੈਮਿਲੀ ਨਾਲ ਰਹਿ ਰਿਹਾ ਯਾਨੀ ਕਿ ਸ਼ਾਦੀशुदा ਤੇ 14447.42 ਸੈਂਟ ਜੇ ਸ਼ਾਦੀ ਜੁਦਾ ਹੈ ਇਸੇ ਤਰ੍ਹਾਂ ਉਹਨਾਂ ਉਸ ਬੰਦੇ ਤੋਂ ਤੱਕ ਕਿੰਨਾ ਕਾਰੀ ਕੋਈ ਕੀ ਸਾਫਤਾ ਹੈ ਉਹਦੇ ਅਕੋਰਡਿੰਗ ਫਿਲਹਾਲ ਇਤਨੇ ਹੀ ਸੀ ਜੇ ਤੁਹਾਡਾ ਵੀ ਕੋਈ ਜਾਣ ਵਾਲਾ عزیز ਜਿਹਨੂੰ ਪੈਨਸ਼ਨ ਬਣਦੀ ਏ ਜਦੀ ਜਿਹੜਾ ਅੱਕ ਰਖਦਾ ਹੈ ਉਹਨੂੰ ਵੀਡੀਓ ਸ਼ੇਅਰ ਕਰੋ ਕਿ ਉਹਨੂੰ ਵੀ ਵਧੀਆ ਲੱਗੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਇਜਾਜ਼ਤ ਦਿਓ ਫੇਰ ਮਿਲਾਂ